ਤਮਾ ਸਾਹਿਬ ਤੇ ਮੋਦੀ ਸਾਹਿਬ ਤਮਾ ਸਾਹਿਬ ਤਾਂ ਬਿਹੰਗ ਨੇ ਉਹਨਾਂ ਨੇ ਤਾਂ ਵਿਆਹ ਨਹੀਂ ਕਰਾਇਆ ਤੇ ਮੋਦੀ ਸਾਹਿਬ ਆਪਣੇ ਘਰ ਵਾਲਿਆਂ ਨੂੰ ਰੱਖਦੇ ਹੀ ਦੀ ਨਾਲ ਤੇ ਪਹਿਲਾਂ ਤਾਂ ਪ੍ਰਾਈਮ ਮਿਨਿਸਟਰ ਤੋਂ ਸ਼ੁਰੂ ਹੋਣਾ ਚਾਹੀਦਾ ਕਿ ਔਲਾਦ ਵਧੇ ਪਰ ਜਦੋਂ ਪ੍ਰਾਈਮ ਮਿਨਿਸਟਰ ਨੇ ਕਦੇ ਆਪਣੇ ਘਰ ਵਾਲਿਆਂ ਨੂੰ ਰੱਖਿਆ ਹੀ ਨਹੀਂ ਜਦ ਦਾ ਵਿਆਹ ਹੋਇਆ ਤੇ ਤੁਮਾਂ ਜੀ ਬਿਹੰਗ ਹੈ ਕਿ ਉਹਨਾਂ ਨੇ ਵਿਆਹ ਹੀ ਨਹੀਂ ਕਰਾਇਆ ਉਹਨਾਂ ਨੂੰ ਕਿਵੇਂ ਪਤਾ ਹੈ ਕਿ 10 ਬੱਚੇ ਹੋਣੇ ਚਾਹੀਦੇ ਇੱਕ 5 ਬੱਚੇ ਹੋਣੇ ਚਾਹੀਦੇ ਹੈ ਇਹ ਕਹਿੰਦੇ ਹੈ ਕਿ ਜਿਹੜੀ ਚੀਜ਼ ਤੁਸੀਂ ਕਹੋ ਉਹ ਪਹਿਲਾਂ ਆਪ ਕਰਨੀ ਚਾਹੀਦੀ ਹੈ ਤੇ ਹੁਣ ਵੀ ਟਾਈਮ ਹੈ ਤੁਮਾਂ ਸਾਹਿਬ ਦੇ ਗ੍ਰਸਤ ਦੇ ਵਿੱਚ ਆ ਜਾਂ ਤਾਂ ਬਹੁਤ ਵਧੀਆ ਗੱਲ ਹੋਊਗਾ ਉਹ ਤਾਂ ਕਹਿੰਦੇ ਜੇ ਕੋਈ ਪਾਲ ਨਹੀਂ ਸਕਦਾ ਪਾਲਾਂਗੇ ਵੀ ਅਸੀਂ ਵੀ ਸਿੱਖਾਂ ਦੀ ਗਿਣਤੀ ਬਤਾਉਣੇ ਚਾਹੀਦੀ ਹੈ ਸਿੱਖ ਆਓ ਤੇ ਫਿਰ ਆਪ ਵੀ ਤਾਂ ਬਤਾਉਣਾ ਜੀ ਹੁਣ ਸ਼ਾਦੀ ਸ਼ੁਦਾ ਹੋਣ ਅਸੀਂ ਬਰਾਤ ਦੇ ਵਿੱਚ ਜਾਈਏ ਜਿਵੇਂ ਕਿਹੜੇ ਸੰਤ ਦੀ ਬਰਾਤ ਦੇ ਵਿੱਚ ਮੈਂ ਗਿਆ ਸੀਗਾ ਫਿਰ ਮੈਂ ਬਟਿੰਡੇ ਬੈਂਡ ਆਰਡਰ ਕੀਤਾ ਫਿਰ ਬੈਂਡ ਵੱਜਿਆ ਦਾਦੂਵਾਲ ਸਾਹਿਬ ਦੇ ਤੇ ਉਹਨਾਂ ਨੇ ਜਦੋਂ ਵਿਆਹ ਕਰਾਇਆ ਤੇ ਉਹ ਤਾਂ ਸੁੱਕਾ ਜਿਹਾ ਵਿਆਹ ਹੋਣ ਲੱਗਿਆ ਸੀਗਾ ਫਿਰ ਮੈਂ ਬਠਿੰਡੇ ਤੋਂ ਬਹੁਤ ਵਧੀਆ ਆਪ پیسے ਦੇ ਕੇ ਬੈਂਡ ਮੰਗਾਇਆ ਫਿਰ ਉਹਨਾਂ ਦਾ ਵਿਆਹ ਕਰਾਇਆ ਤੇ ਹੁਣ ਉਹਨਾਂ ਦੀ ਔਲਾਦ ਵੀ ਹੈਗੀ ਹੈ ਬਹੁਤ ਸੋਹਣੀ ਗੱਲ ਹੈ ਤੇ ਤੁਮਾ ਸਾਹਿਬ ਵੀ ਤਾਂ ਇਸ ਤਰ੍ਹਾਂ ਕਰਨਾ ਮੈਂ ਬੈਂਡ ਲੈ ਕੇ ਜਾਊਂਗਾ ਤੁਮਾ ਸਾਹਿਬ ਤੇ ਮੋਦੀ ਸਾਹਿਬ ਤੁਮਾ ਸਾਹਿਬ ਤਾਂ ਬਹਿੰਗ ਨੇ ਉਹਨਾਂ ਨੇ ਤਾਂ ਵਿਆਹ ਨਹੀਂ ਕਰਾਇਆ ਤੇ ਮੋਦੀ ਸਾਹਿਬ ਆਪਣੇ ਘਰ ਵਾਲਿਆਂ ਨੂੰ ਰੱਖਦੇ ਹੀ ਦੀ ਨਾਲ ਤੇ ਪਹਿਲਾਂ ਤਾਂ ਪ੍ਰਾਈਮ ਮਿਨਿਸਟਰ ਤੋਂ ਸ਼ੁਰੂ ਹੋਣਾ ਚਾਹੀਦਾ ਕਿ ਔਲਾਦ ਵਧੇ ਪਰ ਜਦੋਂ ਪ੍ਰਾਈਮ ਮਿਨਿਸਟਰ ਨੇ ਕਦੇ ਆਪਣੇ ਘਰ ਵਾਲਿਆਂ ਨੂੰ ਰੱਖਿਆ ਹੀ ਨਹੀਂ ਜਦ ਦਾ ਵਿਆਹ ਹੋਇਆ ਤੇ ਤੁਮਾਂ ਜੀ ਬਿਹੰਗ ਹੈ ਕਿ ਉਹਨਾਂ ਨੇ ਵਿਆਹ ਹੀ ਨਹੀਂ ਕਰਾਇਆ ਉਹਨਾਂ ਨੂੰ ਕਿਵੇਂ ਪਤਾ ਹੈ ਕਿ 10 ਬੱਚੇ ਹੋਣੇ ਚਾਹੀਦੇ ਇੱਕ 5 ਬੱਚੇ ਹੋਣੇ ਚਾਹੀਦੇ ਹੈ ਇਹ ਕਹਿੰਦੇ ਹੈ ਕਿ ਜਿਹੜੀ ਚੀਜ਼ ਤੁਸੀਂ ਕਹੋ ਉਹ ਪਹਿਲਾਂ ਆਪ ਕਰਨੀ ਚਾਹੀਦੀ ਹੈ ਤੇ ਹੁਣ ਵੀ ਟਾਈਮ ਹੈ ਤੁਮਾਂ ਸਾਹਿਬ ਦੇ ਗ੍ਰਸਤ ਦੇ ਵਿੱਚ ਆ ਜਾਂਦਾ ਬਹੁਤ ਵਧੀਆ ਗੱਲ ਹੋਊਗਾ ਉਹ ਤਾਂ ਕਹਿੰਦੇ ਜੇ ਕੋਈ ਪਾਲ ਨਹੀਂ ਸਕਦਾ ਪਾਲਾਂਗੇ ਵੀ ਅਸੀਂ ਵੀ ਸਿੱਖਾਂ ਦੀ ਗਿਣਤੀ ਵਧਾਉਣੇ ਦਿੱਤੀ ਹੁੰਦੀ ਸਿੱਖ ਆਓ ਤਾਂ ਫੇਰ ਆਪ ਵੀ ਤਾਂ ਬਤਾਉਣਾ ਜੀ ਹੁਣ ਸ਼ਾਦੀ ਸ਼ੁਦਾ ਹੋਣ ਅਸੀਂ ਬਰਾਤ ਦੇ ਵਿੱਚ ਜਾਈਏ ਜਿਵੇਂ ਕਿਹੜੇ ਸੰਤ ਦੀ ਬਰਾਤ ਦੇ ਵਿੱਚ ਮੈਂ ਗਿਆ ਸੀਗਾ ਫੇਰ ਮੈਂ ਬਟਿੰਡੇ ਬੈਂਡ ਆਰਡਰ ਕੀਤਾ ਫੇਰ ਬੈਂਡ ਵੱਜਿਆ ਦਾਦੂਵਾਲ ਸਾਹਿਬ ਦੇ ਤੇ ਉਹਨਾਂ ਨੇ ਜਦੋਂ ਵਿਆਹ ਕਰਾਇਆ ਤੇ ਉਹ ਤਾਂ ਸੁੱਕਾ ਜਿਹਾ ਵਿਆਹ ਹੋਣ ਲੱਗਿਆ ਸੀਗਾ ਫਿਰ ਮੈਂ ਬਠਿੰਡੇ ਤੋਂ ਬਹੁਤ ਵਧੀਆ ਆਪ پیسے ਦੇ ਕੇ ਬੈਂਡ ਮੰਗਾਇਆ ਫਿਰ ਉਹਨਾਂ ਦਾ ਵਿਆਹ ਕਰਾਇਆ ਤੇ ਹੁਣ ਉਹਨਾਂ ਦੀ ਔਲਾਦ ਵੀ ਹੈਗੀ ਹੈ ਬਹੁਤ ਸੋਹਣੀ ਗੱਲ ਹੈ ਤੇ ਤੁਮਾ ਸਾਹਿਬ ਵੀ ਤਾਂ ਇਸ ਤਰ੍ਹਾਂ ਕਰਨਾ ਮੈਂ ਬੈਂਡ ਲੈ ਕੇ ਜਾਊਂਗਾ ਤੁਮਾ ਸਾਹਿਬ ਤੇ ਮੋਦੀ ਸਾਹਿਬ ਤੁਮਾ ਸਾਹਿਬ ਤਾਂ ਬਿਹੰਗ ਨੇ ਉਹਨਾਂ ਨੇ ਤਾਂ ਵਿਆਹ ਨਹੀਂ ਕਰਾਇਆ ਤੇ ਮੋਦੀ ਸਾਹਿਬ ਆਪਣੇ ਘਰ ਵਾਲਿਆਂ ਨੂੰ ਰੱਖਦੇ ਹੀ ਦੀ ਨਾਲ ਤੇ ਪਹਿਲਾਂ ਤਾਂ ਪ੍ਰਾਈਮ ਮਿਨਿਸਟਰ ਤੋਂ ਸ਼ੁਰੂ ਹੋਣਾ ਚਾਹੀਦਾ ਕਿ ਔਲਾਦ ਵਧੇ ਪਰ ਜਦੋਂ ਪ੍ਰਾਈਮ ਮਿਨਿਸਟਰ ਨੇ ਕਦੇ ਆਪਣੇ ਘਰ ਵਾਲਿਆਂ ਨੂੰ ਰੱਖਿਆ ਹੀ ਨਹੀਂ ਜਦ ਦਾ ਵਿਆਹ ਹੋਇਆ ਤੇ ਤੁਮਾਂ ਜੀ ਬਿਹੰਗ ਹੈ ਕਿ ਉਹਨਾਂ ਨੇ ਵਿਆਹ ਹੀ ਨਹੀਂ ਕਰਾਇਆ ਉਹਨਾਂ ਨੂੰ ਕਿਵੇਂ ਪਤਾ ਹੈ ਕਿ 10 ਬੱਚੇ ਹੋਣੇ ਚਾਹੀਦੇ ਇੱਕ 5 ਬੱਚੇ ਹੋਣੇ ਚਾਹੀਦੇ ਹੈ ਇਹ ਕਹਿੰਦੇ ਹੈ ਕਿ ਜਿਹੜੀ ਚੀਜ਼ ਤੁਸੀਂ ਕਹੋ ਉਹ ਪਹਿਲਾਂ ਆਪ ਕਰਨੀ ਚਾਹੀਦੀ ਹੈ ਤੇ ਹੁਣ ਵੀ ਟਾਈਮ ਹੈ ਤੁਮਾਂ ਸਾਹਿਬ ਦੇ ਗ੍ਰਸਤ ਦੇ ਵਿੱਚ ਆ ਜਾਣ ਤਾਂ ਬਹੁਤ ਵਧੀਆ ਗੱਲ ਹੋਊ। ਉਹ ਤਾਂ ਕਹਿੰਦੇ ਜੇ ਕੋਈ ਪਾਲ ਨਹੀਂ ਸਕਦਾ ਪਾਲਾਂਗੇ ਵੀ ਅਸੀਂ ਵੀ ਸਿੱਖਾਂ ਦੀ ਗਿਣਤੀ ਬਤਾਉਣੇ ਚਾਹੀਦੀ ਹੈ ਸਿੱਖਾਂ। ਆਓ ਤਾਂ ਫੇਰ ਆਪ ਵੀ ਤਾਂ ਬਤਾਉਣਾ ਜੀ ਹੁਣ ਸ਼ਾਦੀ ਸ਼ੁਦਾ ਹੋਣ ਅਸੀਂ ਬਰਾਤ ਦੇ ਵਿੱਚ ਜਾਈਏ ਜਿਵੇਂ ਅ ਕਿਹੜੇ ਸੰਤ ਦੀ ਬਰਾਤ ਦੇ ਵਿੱਚ ਮੈਂ ਗਿਆ ਸੀਗਾ ਫੇਰ ਮੈਂ ਬਟਿੰਡੇ ਬੈਂਡ ਆਰਡਰ ਕੀਤਾ ਫੇਰ ਬੈਂਡ ਵੱਜਿਆ ਦਾਦੂਵਾਲ ਸਾਹਿਬ ਦੇ ਤੇ ਉਹਨਾਂ ਨੇ ਜਦੋਂ ਵਿਆਹ ਕਰਾਇਆ ਤੇ ਉਹ ਤਾਂ ਸੁੱਕਾ ਜਿਹਾ ਵਿਆਹ ਹੋਣ ਲੱਗਿਆ ਸੀਗਾ ਫਿਰ ਮੈਂ ਬਠਿੰਡੇ ਤੋਂ ਬਹੁਤ ਵਧੀਆ ਆਪ پیسے ਦੇ ਕੇ ਬੈਂਡ ਮੰਗਾਇਆ ਫਿਰ ਉਹਨਾਂ ਦਾ ਵਿਆਹ ਕਰਾਇਆ ਤੇ ਹੁਣ ਉਹਨਾਂ ਦੀ ਔਲਾਦ ਵੀ ਹੈਗੀ ਹੈ ਬਹੁਤ ਸੋਹਣੀ ਗੱਲ ਹੈ ਤੇ ਤੁਮਾ ਸਾਹਿਬ ਵੀ ਤਾਂ ਇਸ ਤਰ੍ਹਾਂ ਕਰਨਾ ਮੈਂ ਬੈਂਡ ਲੈ ਕੇ ਜਾਊਂਗਾ